ਦੁਨੀਆ ਦੇ ਪ੍ਰਸਿੱਧ ਮੱਲ ਪੁੱਜਣੇ ਨੇ, ਉਹ ਵੀ 12 ਵਜੇ ਜਿਹੜੇ ਘੋਲ ਸ਼ੁਰੂ ਹੋਣਗੇ, ਕਿਰਪਾ ਕਰਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਉਧਰ ਮੋਹਣਾ ਕੈਨੇਡਾ ਵਾਲਾ ਤੇ ਹਾਕਮ ਕੈਨੇਡਾ ਵਾਲਾ ਸਾਡੇ ਭਰਾ ਐਲਾਨ ਕਰਦੇ ਆ, ਵੀਲੇ ਦੇ ਜਾਫੀ ਜਿੰਨੇ ਵੀ ਜਫੇ ਲਾਉਣ, ਹਰ ਇੱਕ ਜਫੇ ਦਾ ਇੱਕ ਇੱਕ 100 ਜਿਹੜਾ ਦਿੱਤਾ ਜਾਵੇਗਾ। ਹਾਂਜੀ, ਜੇ ਟੀਮ ਜਿੱਤੂਗੀ ਤਾਂ ਪਰ ਤੇ 1000 ਰੁਪਇਆ ਜੀ। ਲੱਖਾ ਦੀ ਤੇ ਥਾਰ ਦੀਆਂ ਟੀਮਾਂ ਵੀ ਪੁੱਜਣ ਮੌੜ ਨਾਭਾ ਤੇ ਲੋਹਗੜ, ਇਹ ਸਾਰੀਆਂ ਟੀਮਾਂ ਜਿਹੜੀਆਂ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ। ਉਸ ਮੈਚ ਤੋਂ ਬਾਅਦ ਕਬੱਡੀ 70 ਕਿਲੋ ਦਾ ਪਹਿਲਾ ਜਿਹੜਾ ਸੈਮੀ ਫਾਈਨਲ ਮੈਚ ਆ ਪਿੱਥੋਂ ਤੇ ਲੱਖਾ, ਦੂਜਾ ਸੈਮੀ ਡੇਰਾ ਸਤਾਜ ਤੇ ਖਿਆਲੀ, ਇਹ ਟੀਮਾਂ ਵੀ ਪਲੀਜ਼ ਆਪਣੀ ਜ਼ਰੂਰ ਤਿਆਰੀ ਕਰ ਲੈਣਾ। ਜਿੰਨੀ ਵੀ ਸੰਗਤ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪੁੱਜੀ ਹੈ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਦੇ ਵੱਲੋਂ। ਉੱਥੇ ਜਿਹੜੀ ਟੀਮ ਕਬੱਡੀ ਇੱਕ ਪਿੰਡ ਓਪਨ ਦੀ ਫਸਟ ਆਵੇਗੀ, ਜਸਵੀਰ ਸਿੰਘ ਜੀ ਧਾਲੀਵਾਲ ਤੇ ਅਮਰਜੀਤ ਸਿੰਘ ਜੀ ਜੀਤਾ ਨਿਊਜ਼ੀਲੈਂਡ ਵਾਲੇ, ਫਸਟ ਟੀਮ ਨੂੰ 3100 ਤੇ ਜਿਹੜੀ ਸੈਕਿੰਡ ਆਵੇਗੀ ਉਹਦੇ ਲਈ 2100 ਰੁਪਏ ਦਾ ਸਨਮਾਨ ਦਿੱਤਾ ਜਾਣਾ। ਜਸਵੀਰ ਸਿੰਘ ਜੀ ਧਾਲੀਵਾਲ, ਅਮਰਜੀਤ ਸਿੰਘ ਜੀ ਜੀਤਾ ਨਿਊਜ਼ੀਲੈਂਡ ਵਾਲੇ, ਸਨ ਆਫ ਮੇਹਰ ਸਿੰਘ ਜੀ ਧਾਲੀਵਾਲ, ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਜੀ। ਐਂਟਰੀ ਕਮੇਟੀ ਵਾਲੇ ਸਾਡੇ ਵੀਰਾਂ ਦਾ ਵੱਡਾ ਧੰਨਵਾਦ ਹੈ। ਜੱਗਾ ਨੰਬਰਦਾਰ ਸੋਨੀ ਲੱਖਾ, ਮਹਿੰਦੀ ਲੱਖਾ, ਗੁਰਦੀਪ ਸਾਡਾ ਵੀਰ, ਹੰਸਾ ਲੱਖਾ, ਗੁਰਪ੍ਰੀਤ ਲੱਖਾ, ਕਾਕਾ ਬਹਿਰੀਨ, ਚਰਨਾ ਲੱਖਾ, ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਜਿੰਨੇ ਵੀ ਦਰਸ਼ਕ ਵੀਰ ਵੱਡੀ ਤਦਾਦ ਚ ਪੁੱਜੇ ਹੋਏ ਹੈ, ਸਾਰਿਆਂ ਦਾ ਵੱਡਾ ਧੰਨਵਾਦ ਹੈ। ਜਿਹੜੀ ਪ੍ਰਧਾਨ ਬੂਟਾ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਧੰਨਵਾਦ ਕਰਦੇ ਹਾਂ। ਲਵੀ ਲੋਪੋ ਵਾਲੇ, ਜਿਹੜੀ ਵੀ ਇਸ ਮੈਚ ਚ ਟੀਮ ਜਿੱਤੇਗੀ, ਬਾਈ ਬਿੱਟੂ ਗਵਾਲੀਅਰ, ਜਗਰੂਪ ਸਿੰਘ ਉਹਨਾਂ ਵੱਲੋਂ, ਮੇਜਰ ਸਿੰਘ ਜੀ ਗਵਾਲੀਅਰ ਤੇ ਬੱਬੂ ਦੀ ਯਾਦ ਦੇ ਵਿੱਚ 500 ਰੁਪਇਆ ਜਿੱਤਣ ਵਾਲੀ ਟੀਮ ਲਈ ਸਨਮਾਨ ਦਿੱਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ। ਜਿਹੜੀ ਟੀਮ ਜਿੱਤੇਗੀ 500 ਦੇ ਮਾਨ ਸਨਮਾਨ ਦਿੱਤੇ ਜਾਣਗੇ। ਇੱਧਰ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਇਸ ਵੇਲੇ ਜੋਤ ਭਿੰਡਰਾਂ ਵਾਲਾ ਕਹਿੰਦੇ ਕਬੱਡੀ ਪਾ ਰਿਹਾ, ਬੁਲਟ ਵੀ ਜਿੱਤਿਆ ਤੇ ਨੌਜਵਾਨ ਦੇ ਕਹਿੰਦੇ ਚਰਚੇ ਆ, ਗੁੱਜਰਵਾਲ ਦੇ ਵਿੱਚੋਂ ਵੀ ਕਹਿੰਦੇ ਮੋਟਰਸਾਈਕਲ ਜਿੱਤਿਆ, ਜੋਤ ਭਿੰਡਰਾਂ ਵਾਲਾ ਕਹਿੰਦੇ ਇਸ ਹਾਕਮ ਸਿੰਘ ਜੀ ਕੈਨੇਡਾ ਤੇ ਨਾਲ ਸਾਡੇ ਨਰਪੈਸ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਹਰਜੋਤ ਭਿੰਡਰ ਦੇ ਲਈ 200 ਦੇ ਵੱਡੇ ਮਾਨ ਸਨਮਾਨ ਪੁੱਜਦੇ ਆ। ਹਰਜੋਤ ਭਿੰਡਰ ਲਈ ਹਾਕਮ ਸਿੰਘ ਕੈਨੇਡਾ ਤੇ ਨਰਪੈਸ ਸਿੰਘ ਕੈਨੇਡਾ, ਉਹਨਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਜਾਣਗੇ। ਕੱਲ ਦੀ ਤਰੀਕ 8 ਤਰੀਕ ਉਹ ਰਾਹੂਵਾਲ ਦੇ ਕਬੱਡੀ ਕੱਪ ਦੀ ਹੋਵੇਗੀ, 11 ਤਰੀਕ GIG ਅਕੈਡਮੀ ਜਗਰਾਉਂ ਚਰਾਉਣ ਕਰ ਲੱਗਣਗੇ ਹੈ, ਤੇ ਜਿਹੜੀ 13 ਤਰੀਕ ਉਹ ਸਿੱਧਮਾ ਕਲਾ ਦੇ ਕਬੱਡੀ ਕੱਪ ਦੀ ਹੋਵੇਗੀ। ਹਾਂਜੀ, ਅਸੀਂ ਪਹਿਲਾਂ ਬੇਨਤੀ ਕੀਤੀ ਹੈ ਸਾਡੇ ਵੀਰ ਜਿਹੜੇ ਨਗਰ ਵਾਸੀ ਮੂਹਰਲੀ ਕਤਾਰ ਦੇ ਵਿੱਚ ਬੈਠੇ ਨੇ, ਕਿਰਪਾ ਕਰਕੇ ਜਿਹੜੀਆਂ ਮੂਹਰਲੀਆਂ 2 ਲਾਈਨਾਂ ਵਿਹਲੀਆਂ ਕਰ ਦਿਓ, ਤਾਂ ਕਿ ਸਾਡੇ ਆਉਣ ਵਾਲੇ ਚੀਫ ਗੈਸਟ ਨੇ ਜਿਹੜੇ ਅਸੀਂ ਉਹਨਾਂ ਨੂੰ ਇੱਥੇ ਬਿਰਾਜਮਾਨ ਕਰ ਸਕੀਏ। ਇਧਰ ਖੇਡ ਮੈਦਾਨ ਦੇ ਵਿੱਚ ਸਿਕੰਦਰ ਕਹਿੰਦੇ ਮਾੜੀ ਵਾਲਾ, ਇਸ ਨੌਜਵਾਨ ਨੇ ਟਰੈਕਟਰ ਵੀ ਜਿੱਤਿਆ, ਗੱਡੀਆਂ ਵੀ ਜਿੱਤੀਆਂ, ਸੈਦੋਕੇ ਦੇ ਵਿੱਚੋਂ ਫੋੜ ਜਿੱਤਿਆ। ਲਵੀ ਸਿਕੰਦਰ ਕਿੰਨੇ ਮੋਟਰਸਾਈਕਲ ਜਿੱਤਿਆ ਕਬੱਡੀ ਦੇ ਵਿੱਚੋਂ, ਸਾਰੀ ਸੰਗਤ ਨੂੰ ਜ਼ਰੂਰ ਦੱਸੀ। 34 ਮੋਟਰਸਾਈਕਲ ਜਿੱਤੇ ਇਸ ਕਬੱਡੀ ਦੇ ਖਿਡਾਰੀ ਨੇ, ਇੱਕ ਤਾੜੀ ਮਾਰ ਦਿਓ ਜ਼ੋਰਦਾਰ ਦਰਸ਼ਕ ਵੀਰਿਓ। ਏਜੰਸੀ ਦੇ ਵਿੱਚ ਆਪਾਂ ਜਾਈਏ, 34 ਮੋਟਰਸਾਈਕਲ ਉੱਥੇ ਵੀ ਨਹੀਂ ਹੁੰਦੇ, ਜਿੱਦਾਂ ਕਹਿੰਦੇ ਪਿੱਥੋਂ ਵਾਲਾ ਵੀ ਕਬੱਡੀ ਦਾ ਸਟਾਰ ਹੈ, ਇਹ ਵੀ ਕਬੱਡੀ ਦਾ ਸਟਾਰ। ਤੇ ਇੱਧਰ ਖੇਡ ਮੈਦਾਨ ਦੇ ਵਿੱਚ ਗੁਰਜੀਤ ਸਿੰਘ ਕਬੱਡੀ ਪਾ ਰਿਹਾ, ਇੱਕ ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ SR ਕਲੇਰ ਜੀ MLA ਹਲਕਾ ਜਗਰਾਉਂ ਤੋਂ ਉਚੇਚੇ ਤੌਰ ਤੇ ਪਹੁੰਚ ਚੁੱਕੇ ਨੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਿਧਾਇਕ SR ਕਲੇਰ, ਚੇਅਰਮੈਨ ਮਨਜੀਤ ਸਿੰਘ ਤੇ ਚੇਅਰਮੈਨ ਦਿਦਾਰ ਸਿੰਘ ਮਲਕ ਨੂੰ ਪਿੰਡ ਲੱਖਾ ਤੇ ਪਹੁੰਚਣ ਤੇ ਅਸੀਂ GI ਨੂੰ ਕਹਿੰਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਇਸ ਪਿੰਡ ਨੂੰ ਬਹੁਤ ਜ਼ਿਆਦਾ ਦੇਣ ਆ। ਤਕਰੀਬਨ 26 ਲੱਖ ਰੁਪਇਆ ਗ੍ਰਾਂਟ ਦਾ ਪਹਿਲਾਂ ਆ ਚੁੱਕਿਆ ਤੇ 50 ਕੁ ਲੱਖ ਰੁਪਇਆ ਮੇਰੇ ਖਿਆਲ 'ਚ ਹੋਰ ਦੇ ਜਾਣਗੇ। ਵੱਡੇ ਧੰਨਵਾਦ ਹੈ ਜਿੰਨੀਆਂ ਵੀ ਸਿਆਸਤ ਦੀ ਦੁਨੀਆ ਦੇ ਵਿੱਚੋਂ ਸਾਡੇ ਵੀਰ ਪੁੱਜਦੇ ਜਾ ਰਹੇ ਆ, ਸਾਰਿਆਂ ਦਾ ਵੱਡਾ ਧੰਨਵਾਦ। ਉੱਥੇ ਜੱਗਾ ਨੰਬਰਦਾਰ ਸੋਨੀ ਲੱਖਾ, ਮਹਿੰਦੀ ਲੱਖਾ, ਗੁਰਦੀਪ, ਹੰਸ ਲੱਖਾ, ਗੁਰਪ੍ਰੀਤ, ਕਾਕਾ ਬਹਿਰੀਨ, ਚਰਨਾ ਲੱਖਾ, ਇਹਨਾਂ ਐਂਟਰੀ ਵਾਲੇ ਵੀਰਾਂ ਦਾ ਵੱਡਾ ਧੰਨਵਾਦ ਹੈ। ਲਓ ਗੁਰਜੀਤ ਮੇਰੇ ਵੀਰੋ, ਸਿਕੰਦਰ ਮਾੜੀ ਵਾਲਾ, ਉੱਥੇ ਰਾਜਾ ਸਿੰਘ ਜੀ ਤੇ ਬਲਜੀਤ ਸਿੰਘ ਜੀ ਕੈਨੇਡਾ, ਇਹਨਾਂ ਵੱਲੋਂ ਪਰ ਜੱਫੇ ਤੇ 100-100 ਰੁਪਇਆ ਟੀਮਾਂ ਨੇ ਦਿੱਤਾ ਜਾਣਾ। ਉੱਥੇ ਰਾਜ ਸਿੰਘ ਢਿੱਲੋ UCL ਕੈਨੇਡਾ ਵਾਲੇ, ਇਹਨਾਂ ਵੱਲੋਂ ਵੀ ਹਰੇਕ ਜੱਫੇ ਦੇ ਉੱਤੇ ਜਿਹੜਾ 100-100 ਰੁਪਇਆ ਸਾਡੇ ਵੀਰਾਂ ਵੱਲੋਂ ਦਿੱਤਾ ਜਾਣਾ। ਅਸੀਂ ਰਾਜ ਢਿੱਲੋ ਢਿਲਮਾ ਮੋੜ ਵਾਲੇ, ਰਾਜਾ ਸਿੰਘ ਤੇ ਬਲਜੀਤ ਸਿੰਘ ਜੀ ਹੋਰਾਂ ਦਾ ਦਿਲ ਦੀਆਂ ਗਰਾਈਆਂ ਬੱਲੂ ਕੇ ਪਰਿਵਾਰ ਦੇ ਵਿੱਚੋਂ, ਬਹੁਤ ਬਹੁਤ ਧੰਨਵਾਦ ਜੀ। ਇੱਧਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਗੁਰਜੀਤ ਸਿੰਘ ਵਧਿਆ ਹੋਇਆ, 4 ਜਾਫੀ ਆ,
काले दा कहिंदे नां चलदा ते नाल ही सर भी वर गया। ओ वेखो पट्टी खुज ते डबल टच दा जिहड़ा पॉइंट आ ये नौजवान धाबी ने अपनी टीम के हिस्से के जोड़ दिता। सिकंदर नूं जिहड़ा भी जफा लावेगा निर्मल सिंह लखा ते साडे वीर हाकम सिंह ग्रेटा उन्हां दे वल्लों 500 दे मान सम्मान किए जाणगे। आ इह कहिंदे हरजोत सिंह पिंडरांवाला वीरे वीरू कहिंदे 2017 दे विच इस नौजवान दा स्विफ्ट गड्डी दे नाल मान सम्मान किया जाएगा ते 75 किलो खेड़दा खेड़दा जदों ओपन एंट्री मारी ते कहिंदे मोटरसाइकिल जितण वाली इस नौजवान ने जिहड़ी गल कर दित्ती है ते अज पिथोवाला पुज्जिया होया है। जिस नौजवान ने कहिंदे कबड्डी च वड्डा रिकॉर्ड कायम करिया 57 मोटरसाइकिल जिते है एक आटो गड्डी का जेतू मेरे वीरों ते राणीवाल का घोनी भी पुज्जा होया है ते एक मोटरसाइकिल लेना औखा हो जाता है 57 मोटरसाइकिल मेरे वीरों एक किसे गल ना जिते है पिथों वाले शीरे ने। हाँ जी बेनती करते हैं चक भाई कैंप वाला बिट्टू ते संदीप करोड़ जी प्रबंधकों वालों बेनती है कि वह ग्राउंड के विच रनिंग कमेटी लई पहुंच जाए बिट्टू चक वाला संदीप करोड़ जी। इधर काला कहिंदे बीले वाला ला तकड़ा जफा इस वेले पॉइंट आ जिहड़ा अपनी टीम के हिस्से में जोड़दा होया 50 तो वध मोटरसाइकिल जितदा पर इहने कहिंदे 34 जिते मोटरसाइकिल 2 जितियां कारां के माड़ी वाले जट नूं मंजूर नहीं हारा। सिकंदर कहिंदे माड़ी वाला इस वेले पा कबड्डी पॉइंट अपनी टीम के हिस्से में जोड़दा होया। अगले मैच दीआं टीमां लखा दी थार दियां टीमां पुजण मार नाभा ते लोहगढ़ पुलिस जो टीमां भी पुजण। इधर कहिंदे गुरजीत सिंह कबड्डी पाउण दे लई वधिया होया गुरजीत दी खेड मैदान दे विच पाई कबड्डी ते हाँ जी चक वाला बिट्टू जिथे आवाज सुनता कुलवंत सिंह जी कंता इन्होंने संपर्क करे साडा कबड्डी कमेंटर बिट्टू चक वाला जी। इधर खेल मैदान दे विच कहिंदे निम्मे दा ढाबा बोलिया होया और वेखो बीले वाले ने कहिंदे भरिया कलावा ते कैंची भी जिहड़ी वध चुकी है ते पॉइंट अपनी टीम दे हिस्से दे विच जोड़दा होया। मैच दा समा जिहड़ा है समाप्त आ। इस मैच दे विच बीले दी टीम दे पॉइंट आ 9.5 ते बधाते दी टीम दे 5 पॉइंट रहे हैं। बीले दी टीम इस मैच दे विचों विनर है लखा बी ते जिहड़े वीर टाइयां पा रहे हले वीर देखी लखे बी दा मैच किहड़ी टीम नाल आ। हाँ जी बीले दी टीम नूं बेनती है 500 रुपया भाई बिट्टू गोलियर वल्लों उहनां लई विशेष तौर ते सन्मान स्टेज तों आ कोई नहीं रहा बीले दे नाल थार दी टीम प्लीज जल्दी नाल खेड मैदान दे विच पुज जावे ते नाल ही लखा भी मार नाभा ते लोहगढ़ दीआं टीमां प्लीज वह भी अगले मैच दे लई पुज्जण गईआं। मार नाभा ते लोहगढ़ अज लखे दे विच रौनकां। कल नूं मोरो पिंड दे विच लख रुपए का पहला प्राइज आ ते वैस्टां नूं मोटरसाइकिल दिते जाणे आ। 12 तरीक छपार दे विच मोटरसाइकिल होणगे। लखा भी ते थार दीआं टीमां पुज्जण पहलां टीमां बुला लईए। मार नाभा ते लोहगढ़ दीआं टीमां प्लीज वह भी जल्दी नाल खेड मैदान दे विच पुज्जण। लखा बी दी टीम अजे तक ग्राउंड दे विच नहीं पुजी। 70 वालिआं नूं बोल दो जी 70 दा पहला सैमीफाइनल मैच जिहड़ा पिथों ते लखा डेरा सताज ते 46 दीआं टीमां दूजे सैमीफाइनल मैच दे लई पुज्जण ते माइक ते बिट्टू चक ते संदीप कुंड साडा भरा गल करनगे। संदीप कुंड साडी जिंदगी दा बहुत ही सत्कारयोग है जिदे लिखे गीत कहिंदे कदे बलकार सिद्धू ते कदे इंजरदीप निक्कू वक्खो वक्खरे सिंगरां ने गाए है जो आपां सारे ने सुने। कदे साडे कोल सरदारी सी कदे मोटर वाले जिंदे दी कदे किश्ता ते लै के पलटी ना मुंडिया वी पट्टी जाणे दी बटोली लै वी संदीप इक वार दर्शकां नाल फतेह जरूर सांझी करी। नौजवान है इहदे लिखे गीत जिहड़े बड़े मशहूर होए संदीप कौर साडी जिंदगी दा सत्कारयोग है। बड़ा कुछ सिखण नूं मिलिया है साडे सीनियर बुलारां विच वड्डा नाम इस नौजवान ने बनाया है। अगली गल करनगे संदीप कौर जी। ਸਪੈਸ਼ਲ
हेलो सत्तर किलो भार का जिहड़ा मैच पिथों वारसी जे लखा दोनों टीमों बेनती है कृपा करके ग्राउंड के पहुंच जाएंगे पिथों वारसी जे लखा दोनों टीमों बेनती है ग्राउंड के पहुंच जाए कि वेले बह के नहीं हो कदे वक्त गुजारिया कई कई साल मत्था लोहे नाल मारिया रखिया दिमाग में नंढिया ना गड्डिया ता जाके खाड़िया च पैंदियां कबड्डियां बेनती है पिथों वारसी जे लखा दोनों टीम ग्राउंड के पहुंच जाए नाल जेडे मुकाबले मेरे वीरियो कबड्डी ओपन दे दो मैच बाकी रहिंदे आ थार वर्सी लखा बी मारनापा वर्सी लोगड़ ये जिहड़ियां टीमां जल्दी तैयारी करके ग्राउंड दे विच आ जाण साडी इन्हां टीमां दे खिडारियां नूं बेनती है जिहड़ियां टीमां नूं सद्दा दित्ता जा रहा उह टीमां नाल दी नाल ग्राउंड दे विच पहुंच जाण लखा बी वर्सी थार दीआं टीमां कबड्डी ओपन दीआं ये जल्दी नाल तैयारी करके खेड कबड्डी के ग्राउंड के आ जाएगियां मौर नाभा वरसी लोगड़ इन्हां टीमों के खिडारियों को भी साड़ी बेनती है भी टीमां तैयार होकर खेड कबड्डी के ग्राउंड के आ जाए कबड्डी ओपन के जिहड़े इस राउंड के दो मैच रहिंदे आ चारे टीमों जल्दी नाल पहुंच जाएगियां उस दे नाल ही जिहड़े सैमीफाइनल मैच कबड्डी सत्तर किलो भार के खेडे जाने ने वह टीम भी ग्राउंड के नेड़े तैयार रहन इन्हां सारियां टीमों के खिडारियों को साड़ी बेनती है ता जो आप मैच लगातार जारी रख सकीए लखा बी वर्सिस थार दोनों टीम जिथे कितें आवाज न सुन रही ने जल्दी नाल खेड कबड्डी के ग्राउंड के पहुंच जाएगियां लखा पहुंच गया जी थार की टीम के खिलाड़ी जिथे कितें आवाज सुनते हैं वह ग्राउंड के आ जाए मौर नाभा वर्सी लोगड़ इन्हों टीमों के खिलाड़ी भी अपनी तैयारी करके रखे मौर नाभा वर्सी लोगड़ साड़ी कबड्डी ओपन के खिलाड़ियों बेनती है जिड़िया भी टीमों मेरे वीरियो सदा दे रहे हैं बिना किसी देरी तो यह सारिया टीम ग्राउंड वाल आ जाएगियां ता जो मैचों लगातार जारी रखा जा सके जे थार की टीम आई है तो हथ खड़ा कर दे थार के खिलाड़ी लखे वाले प्लेयर उन्ना समा ग्राउंड के आन दो मिनट का आखिरी समा थार की टीम के खिलाड़ियों है उस तो बाद टीम जी कट्टी जाएगी कृपा करके लखे की टीम पहुंची है तो ग्राउंड च आ जाओ जल्दी नाल थार वर्सी लखा भी का जरा कबड्डी ओपन का मैच होगा हाँ जी बिट्टू जी दो मिनट दौ हूँ साढ़े अज के मुख मेहमान साढ़े विधायक एस आर कलेर जी जगराओं तो जोड़े विशेष तौर पर पहुंचे ने जोड़े ग्रांटा के गप्पे भी बनते ने इस टूरनामेंट से संगत के नाल अपने विचार साझे कर जा रहे हैं आ जाओ भी लखे वाले बहुत ही सत्कारयोग सर हरसिमरंदर सिंह गिल साहब चेयरमैन मार्केट कमेटी जगराओं सर चरण सिंह डल्ला साहब चेयरमैन साहब मार्केट कमेटी अटूर दलदार सिंह मलिक जी चेयरमैन साहब साडे मनजिंद्रपाल सिंह ढिल्लों साहब चेयरमैन साहब के इलाके तो आए हुए सारे पतवंत सज्जन तो इस नगर के सरपंच साहब सर गुरचरण सिंह जी तो इन्हों की समुची टीम बाहरों आए सारे साडे पंच सरपंच ब्लॉक समिति मैंबर मेरे वीर नौजवान सबनों भरावान सबनों फतेह अर्ज करता वाहेगुरू जी का खालसा वाहेगुरू जी की फतेह बहुत ही वधिया ढंग नाल शानदार कबड्डी टूरनामेंट साहब गुरचरण सिंह सरपंच साहब तो उन्होंने सहयोग के नाल बहुत वधिया तुसीं अज ये आयोजित किया है मैं सारे प्रबंधकों को बहुत बहुत बधाई देना मैं ये जरूर दस दिया कि पंजाब सरकार का बहुत बड़ा ये उपराला है कि खेड जोड़े है वो बहुत ही वधिया ढंग नाल खड़वाए जान किए जान और स्पोर्ट्स के उत्ते खास तौर पर सारे साढ़े बहुत ही सत्कारयोग सर सुखबीर सिंह बादल साहब उप मुख्यमंत्री उन्होंने विशेष तौर पर कबड्डी वाल खास ध्यान है और तुहानू याद है सारे नू पता ही है कि हर साल जिहड़ा इंटरनेशनल कबड्डी जिहड़ा मेला हैगा टूरनामेंट है वो कराया जाता हैगा तो अज सारे नू मैं इस गल की बधाई दिना कि बहुत बड़ी गिणती दे विच सारे मेरे नौजवान वीर भरा साडे इत्थे पहुंचे आ ते जिथे मैं सारे नू जी आ भी आखदा उत्थे इस नगर वास्ते पहला मैं 26 लाख रुपया जो है वख वख विकास के कामों वास्ते दे चुका ते हाँ जी
7 लाख रुपया इस स्कूल दे वास्ते ते 30 लाख रुपया ਤੁਹਾਡੇ ਪਿੰਡ ਦੇ ਵਿਕਾਸ ਵਾਸਤੇ ਹੋਰ ਦੇਣ ਦਾ ਮੈਂ ਐਲਾਨ ਕਰਦਾ। 7 ਲੱਖ ਰੁਪਏ ਦਾ ਚੈੱਕ ਮੈਂ ਨਾਲ ਹੀ ਲੈ ਕੇ ਆਇਆ ਹੈਗਾ। ਥੋੜੇ ਦਿਨਾਂ ਦੇ ਵਿੱਚ ਹੀ 30 ਲੱਖ ਰੁਪਈਆ ਵੀ ਜਿਹੜਾ ਹੈਗਾ ਤੁਹਾਡੇ ਕੋਲ ਪਹੁੰਚ ਜਾਏਗਾ। ਔਰ ਸਾਰਿਆਂ ਨੂੰ ਟੋਟਲ 37 ਲੱਖ ਰੁਪਈਆ ਜਿਹੜਾ ਹੈਗਾ ਉਹ ਪਿੰਡ ਨੂੰ ਦੇਣ ਦਾ ਮੈਂ ਐਲਾਨ ਕਰਦਾ। ਦੁਬਾਰਾ ਫਿਰ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਕਿਵੇਂ ਦੱਸ ਜਾ ਸਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌੜ ਨਾਭਾ ਦੀ ਟੀਮ ਆ ਗਈ ਹੈ, ਲੋਹਗੜ ਦੇ ਖਿਡਾਰੀ ਵੀ ਆ ਗਏ ਨੇ। ਹੈਲੋ, ਹਾਂਜੀ ਹੈਲੋ, ਅਸੀਂ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਜੀ ਦਾ, ਜਿਨ੍ਹਾਂ ਵੱਲੋਂ ਪਹਿਲਾਂ 26 ਲੱਖ ਰੁਪਈਆ, ਅੱਜ 7 ਲੱਖ ਰੁਪਈਆ, 7 ਲੱਖ ਰੁਪਏ ਦਾ ਚੈੱਕ ਦਿੱਤਾ ਜਾ ਰਿਹਾ। ਅਸੀਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ। ਅਤੇ 30 ਲੱਖ ਰੁਪਏ ਦਾ ਇਹਨਾਂ ਨੇ ਐਲਾਨ ਕਰਤਾ, ਤੇ ਉਮੀਦ ਹੈ ਵੀ ਅਸੀਂ 40 ਲੈ ਲਾਂਗੇ, 10 ਕੁ ਲੱਖ ਦਾ ਧੱਕਾ ਕਰ ਹੀ ਸਕਦੇ ਹਾਂ ਜੀ ਅਸੀਂ। ਤੁਸੀਂ ਬਹੁਤ ਵਧੀਆ ਇੱਥੇ ਖੇਡ ਆਯੋਜਨ ਕੀਤੀ ਆ, ਟੂਰਨਾਮੈਂਟ ਬਹੁਤ ਵਧੀਆ ਕਰਾ ਰਹੇ ਹੋ। ਮੈਂ ਯਕੀਨ ਦਵਾਉਂਦਾ ਕਿ ਜਿਹੜੇ ਇਹ ਪੈਸੇ ਦਿੱਤੇ ਆ, ਇਸ ਤੋਂ ਬਾਅਦ ਵੀ ਹੋਰ ਪੈਸੇ ਜਿਹੜੇ ਹੈਗੇ ਆ, ਫੰਡ ਜਿਹੜੇ ਹੈਗੇ ਆ, ਇਸੇ ਸਾਲ ਦੇ ਵਿੱਚ ਹੋਰ ਦਿਆਂਗੇ। ਬੋਲੇ ਸੋਨਿਆਲ, ਬੋਲੇ ਸੋਨਿਆਲ, ਅਸੀਂ ਧੰਨਵਾਦ ਕਰਦੇ ਹਾਂ ਅਕਾਲੀ ਦਲ ਦੀ ਸਮੁੱਚੀ ਟੀਮ ਦਾ, ਜੋ ਪਿੰਡ ਲੱਖਾਂ ਨੂੰ ਹਮੇਸ਼ਾ ਮਾਣ ਬਖਸ਼ਦੀ ਰਹਿੰਦੀ ਹੈ। ਧੰਨਵਾਦ। ਲੱਖਾਂ ਬੀ ਤੇ ਥਾੜ ਦਾ ਮੈਚ ਹੈ, ਤੁਸੀਂ ਲੱਖੇ ਵਾਲੇ ਹੋ ਮੇਰਾ ਖਿਆਲ। ਥਾੜ ਦੀ ਟੀਮ ਡਾਕਟਰ ਬਲਵਿੰਦਰ ਸਿੰਘ ਲੱਖਾਂ ਵੱਲੋਂ, ਇੱਕ ਮਿੰਟ ਦਾ ਸਮਾਂ, ਥਾੜ ਦੀ ਟੀਮ ਕੱਟਣ ਜਾ ਰਹੇ ਹਾਂ। ਇੱਕ ਮਿੰਟ ਜੀ, ਡਾਕਟਰ ਬਲਵਿੰਦਰ ਸਿੰਘ ਲੱਖਾਂ ਵੱਲੋਂ 5500 ਰੁਪਏ ਦਿੱਤਾ ਗਿਆ ਸੀ, ਉਹਨਾਂ ਦੇ ਸਹਿਜਾਦਿਆਂ ਨੂੰ ਸਨਮਾਨਿਤ ਕਰ ਰਹੇ ਹੈ ਵਿਧਾਇਕ ਐਸ ਆਰ ਕਲੇਰ ਜੀ, ਸਮੁੱਚੀ ਅਕਾਲੀ ਦਲ ਦੀ ਟੀਮ। ਇੱਕ ਮਿੰਟ ਦਾ ਆਖਰੀ ਸਮਾਂ, ਥਾੜ ਦੀ ਟੀਮ ਕੱਟਣ ਜਾ ਰਹੇ ਹਾਂ, ਉਸ ਤੋਂ ਬਾਅਦ ਕੱਟ ਦੇਣੀ ਹੈ ਜੀ। ਹਾਂਜੀ, ਨੋਟ ਕਰਿਓ ਜੀ, ਲੱਖਾਂ ਬੀ ਦੀ ਟੀਮ ਨੂੰ ਵਾਕ ਓਵਰ ਦਿੱਤਾ ਜਾ ਰਿਹਾ। ਮੌੜ ਨਾਭਾ ਤੇ ਲੋਹਗੜ ਅਗਲੀਆਂ ਦੋਨੋਂ ਟੀਮਾਂ ਪਹੁੰਚੀਆਂ ਨੇ, ਇਹਨਾਂ ਦਾ ਮੈਚ ਸ਼ੁਰੂ ਕਰਵਾ ਦਿਓ। ਮੌੜ ਨਾਭਾ ਵਰਸੀ ਲੋਹਗੜ ਦੀਆਂ ਟੀਮਾਂ ਦਾ ਅਗਲਾ ਮੈਚ ਹੋਣਾ ਹੈ, ਨਾਲ ਹੀ ਜੱਗੇ ਵੀਰ ਅਗਲੇ ਮੈਚਾਂ ਦੀਆਂ ਟਾਈਆਂ ਪਾ ਕੇ ਜਲਦੀ ਨਾਲ ਮੈਚ ਦੱਸ ਦਿਓ, ਤਾਂ ਜੋ ਗਰਾਊਂਡ ਖਾਲੀ ਨਾ ਹੋਵੇ। ਆਪਣਾ ਬਹੁਤ ਸਮਾਂ ਗਰਾਊਂਡ ਖਾਲੀ ਹੋਣ ਕਰਕੇ ਜਾ ਰਿਹਾ ਹੈ। ਪਲੀਜ਼ ਸਾਨੂੰ ਸਹਿਯੋਗ ਦਿਓ, ਟੀਮਾਂ ਨਾਲ ਦੀ ਨਾਲ ਬੁਲਾ ਸਕੀਏ, ਮੈਚਾਂ ਦੀ ਲਿਸਟ ਜਲਦੀ ਗਰਾਊਂਡ 'ਚ ਪਹੁੰਚਾ ਦਿਓ। ਉਧਰ ਬਹੁਤ ਬਹੁਤ ਧੰਨਵਾਦ ਐਸ ਆਰ ਕਲੇਰ ਸਾਹਿਬ, MLA ਜਗਰਾਓ, ਰਵਿੰਦਰ ਪੱਪੂ ਜੀ ਰਾਮੂ ਵਾਲਾ, ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ, MLA ਦਾਖਾ ਤੇ ਸਿਕੰਦਰ ਸਿੰਘ ਜੀ ਵਾਲੀ, ਵਿੰਦਰ ਮਨੀਲਾ, ਸਾਰੇ ਚੰਦ ਸਿੰਘ ਜੀ ਡੱਲਾ ਸਾਹਿਬ, ਦਦਾਰ ਸਿੰਘ ਮਾਲਕ, ਇਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਨੇ। ਉਧਰ ਇਸ ਵੇਲੇ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਲੋਹੜ ਵਰਸਿਜ ਮੌੜ ਨਾਭਾ ਦੀਆਂ ਟੀਮਾਂ ਮੇਰੇ ਵੀਰਿਓ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅਗਲਾ ਮੁਕਾਬਲਾ ਜਿਹੜਾ ਖੇਡਣ ਜਾ ਰਹੀਆਂ ਨੇ। ਜਿਹੜੀ ਟੀਮ ਲੋਹਗੜ ਪਿੰਡ ਦੀ ਹੈ ਉਹ ਸਟੇਜ ਵਾਲੇ ਪਾਸੇ ਖੇਡਣ ਜਾ ਰਹੀ ਹੈ। ਲੈ ਵੀ ਕੋਰਟ ਵਾਲਿਆ, ਦੂਸਰੇ ਪਾਸੇ ਜਿਹੜੀ ਟੀਮ ਮੰਡੀ ਵਾਲੀ ਸਾਈਡ ਆਪਾਂ ਆਖਾਂਗੇ, ਉਹ ਟੀਮ ਜਿਹੜੀ ਇਸ ਮੁਕਾਬਲੇ ਦੀ ਮੌੜ ਨਾਭਾ ਪਿੰਡ ਦੀ ਟੀਮ ਹੈ, ਤੇ ਪਹਿਲੀ ਕਬੱਡੀ ਨਿੰਮਾ ਮੌੜ ਨਾਭੇ ਦੀ ਧਰਤੀ ਦਾ ਇਸ ਵੇਲੇ ਨੌਜਵਾਨ ਗੱਭਰੂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਉਧਰ 4 ਜਾਫੀ ਨੇ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਵਿੱਚ ਕੇ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਲੋਹਾ ਮੰਨੇ, ਖਾ ਖਾ ਮੱਖਣ ਦੇ ਪੇੜੇ ਲੋ ਪੀ ਕੇ ਦੁੱਧੇ ਛੰਨੇ, ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ। ਉਧਰ ਮੌੜ ਨਾਭੇ ਦੀ ਟੀਮ ਜਿੰਨੇ ਵੀ ਇੱਥੇ ਲਾਊਗੀ, ਸਾਡੇ ਵੀਰ ਢਿੱਲਵਾਂ ਮੌੜ ਤੋਂ ਪਹੁੰਚੇ ਹੋਏ ਨੇ ਰਾਜ ਢਿੱਲੋਂ ਕੈਨੇਡਾ ਵਾਲੇ, ਉਹਨਾਂ ਵੱਲੋਂ ਹਰੇਕ ਜੱਫੇ ਤੇ 100-100 ਰੁਪਇਆ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਜਿੰਨੇ ਵੀ ਯੋਗ ਪਰਚੀਮਿਆਂ ਵਾਲੇ ਖਿਡਾਰੀ ਜੱਫੇ ਲਾਉਣਗੇ। ਭਾਈ ਜੀ 70 ਵਾਲਿਆਂ ਨੂੰ 7 ਲਾ ਵੀਰ, ਨਾਲ ਬਿੱਟੂ ਗਵਾਲੀਅਰ, ਉਹਨਾਂ ਵੱਲੋਂ ਚੇਅਰਮੈਨ ਮੇਜਰ ਸਿੰਘ ਜੀ ਗਵਾਲੀਅਰ ਤੇ ਬਾਈ ਬੱਬੂ, ਇਹਨਾਂ ਦੀ ਯਾਦ 500 ਰੁਪਇਆ ਜਿਹੜੀ ਵੀ ਟੀਮ ਜਿੱਤੇਗੀ ਉਹਦੇ ਲਈ ਸਨਮਾਨ ਕੀਤਾ ਜਾਵੇਗਾ ਜੀ। ਲਓ ਖੇਡ ਮੈਦਾਨ ਦੇ ਵਿੱਚ ਜਗਜੀਤ ਸਿੰਘ ਭਲਵਾਨ ਮੇਰੇ ਵੀਰੋ ਮਾੜ ਨਾਭੇ ਵਾਲਾ ਪਾਉਂਦਾ ਹੋਇਆ ਕਬੱਡੀ, ਦੂਜੇ ਪਾਸੇ ਦਿਲਬਰ ਝਨੇਰ ਵਾਲੇ ਨੇ ਫੈਸਲਾ ਕੀਤਾ ਵੀ ਪੁਆਇੰਟ ਧਾਰੀ ਦਾ। ਦਿਲਬਰ ਝਨੇਰ ਨੇ ਕਹਿੰਦੇ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ 'ਚ ਕਬੱਡੀ ਖੇਡ ਕੇ ਝਨੇਰ ਪਿੰਡ ਦਾ ਨਾਂ ਪੂਰੀ ਦੁਨੀਆ 'ਚ ਪ੍ਰਸਿੱਧ ਕੀਤਾ। ਦੂਜੇ ਪਾਸੇ ਤਰਸੇਮ ਸਨੌੜ ਜੀ ਮੇਰੇ ਵੀਰੋ, ਜਿਨ੍ਹਾਂ ਨੇ ਵਰਲਡ ਕੱਪ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ। ਲਓ ਇੱਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਲੋਹਗੜ ਵਾਲੇ ਦੀ ਪਈ ਹੋਈ ਕਬੱਡੀ ਤੇ ਮੇਰੇ ਵੀਰੋ ਨੌਜਵਾਨ ਜਾਫੀ ਕੋਸ਼ਿਸ਼ ਕਰਦਾ। ਲੋਹਗੜ ਦਾ ਪਾਲਾ
दुनिया का सुपर स्टार जाफी है उत्थे कहिंदे लोगड़ वाले मिंटू उहनां दे घोड़े पूरी दुनिया च प्रसिद्ध है इस वेले खेड मैदान दे विच पई हुई कबड्डी 70 किलो भार दा जिहड़ा पहला सैमीफाइनल खेडा जाएगा लखा ते पिथो दीआं टीमां तैयार होकर ग्राउंड दे लागे रहणगीआं लखा वर्सी पिथो ख्याली वर्सी डेरा सताज ਇਹ ਜਿਹੜੀਆਂ ਟੀਮਾਂ ਇਹਨਾਂ ਮੈਚਾਂ ਤੋਂ ਤੁਰੰਤ ਬਾਅਦ ਆਪਣਾ ਅਗਲੇ ਮੁਕਾਬਲਿਆਂ ਲਈ ਤਿਆਰ ਰਹਿਣਗੀਆਂ ਮੇਰੀ ਬੇਨਤੀ ਲੱਖਾ ਤੇ ਪਿੱਥੋਂ ਦੇ ਖਿਡਾਰੀ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਪੁੱਜਣ ਨਾਲ ਹੀ ਜੱਗੇ ਵੀਰ ਦੂਜੇ ਰਾਊਂਡ ਦਾ ਪਹਿਲਾ ਮੈਚ ਕਬੱਡੀ ਓਪਨ ਦਾ ਕਿਹੜੀਆਂ ਟੀਮਾਂ ਦਾ ਇੱਕ ਵਾਰ ਸਟੇਜ ਤੋਂ ਬੋਲ ਦੇਣਾ ਤੇ ਲੋਹਗੜ ਪਿੰਡ ਦਾ ਪਾਲਾ ਆਪਣੇ ਪਿੰਡ ਦੇ ਖਿਡਾਰੀ ਨੂੰ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਲੱਕੀ ਪਾਣ ਲੈ ਕੇ ਆਉਂਦਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਚਮਕੌਰ ਸਿੰਘ ਜੀ ਕੋਨਾ ਵਿਕਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਇਹ ਵੀ ਉਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਨਿੰਮਾ ਮਾਰ ਮਾਪੇ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇਸ ਵੇਲੇ 1000 ਉਧਰ ਬਿੱਟੂ ਨੇ ਗਵਾਲੀਵਾਰ ਵਾਲੇ ਆਪਣੇ ਸਾਥੀਆਂ ਦੇ ਨਾਲ ਬੈਠੇ ਨੇ ਇਧਰ ਸਿੱਖ ਸਰਦਾਰ ਨੌਜਵਾਨ ਵੇਖੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈ ਤੇ ਪੁਆਇੰਟ ਪਰ ਨਿੰਮਾ ਮੋਰਨਾਬੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ ਇਧਰ ਸ਼ਨੀ ਲੋਗੜ ਵਾਲਾ ਕਬੱਡੀ ਪਾ ਰਿਹਾ ਹੈ ਸਰਦਾਰ ਜਗਰੂਪ ਸਿੰਘ ਰੂਪਾ ਬਾਈ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਉਹ ਵੀ ਆਪਣੇ ਸਾਥੀਆਂ ਦੇ ਨਾਲ ਬੈਠੇ ਨੇ ਉਧਰ ਬਿੱਟੂ ਹੋਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਤੇ ਇਧਰ ਸ਼ਨੀ ਪੁਆਇੰਟ ਲੈ ਕੇ ਇਸ ਵੇਲੇ ਆਪਣੀ ਟੀਮ ਵੱਲ ਜਾਂਦਾ ਹੋਇਆ ਲੱਖਾ ਵਰਸੀ ਪਿੱਥੋਂ 70 ਕਿਲੋ ਭਾਰ ਦਾ ਪਹਿਲਾ ਸੈਮੀਫਾਈਨਲ ਹੈ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਨੇੜੇ ਤਿਆਰ ਰਹਿਣਗੀਆਂ ਲਓ ਮੋਰਨਾਬੇ ਵਾਲੇ ਭਲਵਾਨ ਦੀ ਕਬੱਡੀ ਦੀ ਗੱਲ ਸੰਦੀਪ ਗੋਲਡ ਵਾਲਾ ਤੁਹਾਡੇ ਨਾਲ ਕਰੇਗਾ ਉਧਰ ਵੇਖੋ ਸਾਹਮਣੇ ਇਸ ਵੇਲੇ ਜਾਫੀ ਦੀ ਕੋਸ਼ਿਸ਼ ਹੈ ਲਾ ਕੇ ਜਾਫਾ ਲੋਗੜ ਪਿੰਡ ਦਾ ਗਵਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਲੈ ਵੀ ਸੰਦੀਪ ਇਧਰ ਲੱਕੀ ਕਬੱਡੀ ਪਾ ਰਿਹਾ ਹੈ ਪਾ ਬਾਤ ਨੌਜਵਾਨ ਬਾਹਰ ਸੁਣੇ ਲਾ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਲੱਕੀ ਦੀ ਪਈ ਹੋਈ ਕਬੱਡੀ ਲਾਲ ਕੱਛੇ ਦੇ ਵਿੱਚ ਲੋਗੜ ਦਾ ਪਾਲਾ ਮੇਰੇ ਵੀਰੋ ਵੀ ਕਹਿੰਦੇ ਕੈਨੇਡਾ ਦਾ ਵਰਲਡ ਕੱਪ ਵੀ ਖੇਡਿਆ ਪੰਜਾਬ ਦੇ ਵੱਖੋ ਵੱਖਰੇ ਕਬੱਡੀ ਕੱਪਾਂ ਦੇ ਸੰਤ ਬਾਬਾ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਲਈ ਖੇਡਿਆ ਲਾ ਇਧਰਲੇ ਪਾਸੇ ਪਈ ਹੋਈ ਕਬੱਡੀ ਤੇ ਸਾਹਮਣੇ ਦੇਖ ਰਿਹਾ ਨੌਜਵਾਨ ਦੀ ਕੀਤੀ ਕੋਸ਼ਿਸ਼ ਤੇ ਪੁਆਇੰਟ ਤਾਂ ਵੀ ਦਾ ਚੱਲ ਵੀ ਨੌਜਵਾਨ ਨਾ ਪਾ ਵੀ ਗੱਭਰੂ ਅਗਲੀ ਕਬੱਡੀ ਕਿ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਣ ਹੋਵੇ ਫਿਰ ਹੀ ਬਗਾਨੇ ਪੁੱਤਾਂ ਉੱਤੇ ਰੇਡ ਪੈਂਦੀ ਹੈ ਸਰਦਾਰ ਬਲਜੀਤ ਸਿੰਘ ਜੀ ਜ਼ਿਲ੍ਹਾ ਵੱਲੋਂ 3100 ਰੁਪਏ ਦਾ ਯੋਗਦਾਨ ਦਿੱਤਾ ਗਿਆ ਉਹਨਾਂ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਸਰਦਾਰ ਬਲਜੀਤ ਸਿੰਘ ਜੀ ਹਾਂਜੀ ਪਿੱਥੋਂ ਵਰਸੀ ਲੱਖੇ ਦੀਆਂ ਟੀਮਾਂ ਦਾ ਜਿਹੜਾ ਪਹਿਲਾ ਸੈਮੀਫਾਈਨਲ ਹੈ ਦੋਨੋਂ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ ਨਾਲ ਮੇਰੀ ਬੇਨਤੀ ਖਿਆਲੀ ਤੇ ਡੇਰਾ ਸਤਾਜ ਇਹਨਾਂ ਟੀਮਾਂ ਦੇ ਖਿਡਾਰੀ ਵੀ ਆਪਣੇ ਮੈਚਾਂ ਲਈ ਤਿਆਰ ਹੋ ਕੇ ਪੁੱਜਣਗੇ ਉਧਰ ਸਰਪੰਚ ਹਾਂਜੀ ਟੀਮ ਕਿਹੜੀ ਜਿੱਤ ਗਈ ਇਹਨਾਂ ਚੋਂ ਮੋਰਨਾਬੇ ਦੀ ਟੀਮ ਇਸ ਮੈਚ ਦੀ ਜਿਹੜੀ ਜੇਤੂ ਰਹਿਣ ਵਾਲੀ ਟੀਮ ਹੈ ਜੀ ਮੋਰਨਾਬਾ ਦੀ ਟੀਮ ਜੇਤੂ ਹੈ ਹਾਂਜੀ ਮੋਰਨਾਬੇ ਵਾਲੇ ਆਪਣਾ ਸਨਮਾਨ ਲੈ ਜਾਓ ਆ ਕੇ ਮੋਰਨਾਬੇ ਵਾਲੇ ਹਾਂਜੀ ਦੂਜੇ ਰਾਊਂਡ ਦੀਆਂ ਟਾਈਆਂ ਪੈ ਗਈਆਂ ਤਾਂ ਮੈਚ ਜਿਹੜੇ ਗਰਾਊਂਡ ਦੇ ਵਿੱਚ ਪਹੁੰਚਾ ਦਿਓ ਬਹੁਤ ਧੰਨਵਾਦ ਹੈ ਉਧਰ ਪਿੱਥੋਂ ਤੇ ਲੱਖੇ ਦੀਆਂ ਟੀਮਾਂ ਦਾ ਜਿਹੜਾ ਮੈਚ ਹੋਵੇਗਾ ਛੇਤੀ ਆ ਜਾਓ ਵੀ ਗਰਾਊਂਡ 'ਚ ਮੇਰੇ ਦੂਜੇ ਰਾਊਂਡ ਦਾ ਪਹਿਲਾ ਮੈਚ ਟਿੱਕਾ ਸਾਹਿਬ ਮੋਨਕ ਵਰਸੀ BMS ਭਾਈ ਰੂਪਾ ਦੂਜਾ ਮੈਚ ਰਾਏਕੋਟ ਵਰਸੀ ਧਰਮਕੋਟ ਤੀਜਾ ਮੈਚ ਲੱਖਾ ਵਰਸੀ ਜੋਧਪੁਰ ਚੀਮਾ ਚੌਥਾ ਮੈਚ ਦਿੜਬਾ ਮੰਡੀ ਵਰਸੀ ਤਾਰੀ ਕਲੱਬ ਬੀਲਾ ਪੰਜਵਾਂ ਮੈਚ ਮੋਰਨਾਬਾ ਵਰਸੀ ਬਾਬਾ ਨਰਾਇਣ ਦਾਸ ਮੀਨੀਆ ਛੇਵਾਂ ਮੈਚ ਜੰਡਸਰ ਠੁੱਲੀਵਾਲ ਵਰਸੀ ਫੱਕਰ ਝੰਡਾ ਸੱਤਵਾਂ ਮੈਚ ਰਾਮਾ ਵਰਸੀ ਸ਼ਾੜ ਅੱਠਵਾਂ ਮੈਚ ਲੋਪੋ ਵਰਸੂ ਸ਼ਿਨੀਵਾਲ ਕਲਾਂ ਤੇ ਬੁਰਜਰੀ ਸਿੰਘ ਦੀ ਟੀਮ ਜਿਹੜੀ ਉਹ 22 ਦੇ ਵਿੱਚ ਹੈ ਇਹ ਸਾਰੀਆਂ ਟੀਮਾਂ ਆਪਣੇ ਮੈਚਾਂ ਲਈ ਤਿਆਰ ਹੋ ਜਾਣ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਬਿੱਟੂ ਗਵਾਲੀਅਰ ਜੀ ਜ਼ਿਲ੍ਹਾ ਵੱਲੋਂ ਚੇਅਰਮੈਨ ਮੇਜਰ ਸਿੰਘ ਜੀ ਗਵਾਲੀਅਰ ਤੇ ਵੀਰ ਬੱਬੂ ਦੀ ਯਾਦ ਦੇ ਵਿੱਚ ਇੱਕ ਵੱਡੀ ਖਿਡਾਰੀਆਂ ਦੇ ਮਾਣ ਸਨਮਾਨ ਕੀਤੇ ਜਾ ਰਹੇ ਨੇ ਉੱਥੇ ਧੰਨਵਾਦ ਹੈ ਸਾਡਾ ਵੀਰ ਰਾਜ ਢਿੱਲੋਂ ਜਿਹੜੇ ਕੈਨੇਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਨੇ ਉੱਥੇ ਪ੍ਰਧਾਨ ਕੁਲਵੰਤ ਸਿੰਘ ਜੀ ਪ੍ਰੇਮ ਸਿੰਘ ਜੀ ਯੂਪੀ ਸੁਰਜੀਤ ਸਿੰਘ ਜੀ ਧਾਲੀਵਾਲ ਬਾਬਾ ਜੋਰਾ ਸਿੰਘ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਵੀਰਾਂ ਵੱਲੋਂ ਸਾਨੂੰ 71,000 ਰੁਪਇਆ ਸਪੋਂਸਰ ਕਰਵਾਇਆ ਗਿਆ ਗੁਰਚਰਨ ਸਿੰਘ ਜੀ ਬਾਜੇ ਕੇ ਇਹਨਾਂ ਵੱਲੋਂ 13,100 ਰੁਪਇਆ ਇਸ ਟੂਰਨਾਮੈਂਟ ਦੇ ਵਿੱਚ ਆਪਣਾ ਯੋਗਦਾਨ ਨਾਲ ਛੱਤਰ ਸਿੰਘ ਜੀ ਬੱਲੂ ਕੇ ਇਹਨਾਂ ਵੱਲੋਂ 51,000 ਰੁਪਇਆ ਇਸ ਟੂਰਨਾਮੈਂਟ ਦੇ ਵਿੱਚ ਸਾਨੂੰ ਮੈਕ ਸਹਾਇਤਾ ਭੇਜੀ ਗਈ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸ਼ੇਰ ਸਿੰਘ ਜੀ ਰਸੂਲਪੁਰ
ਸੁਖਵਿੰਦਰ ਸਿੰਘ ਜੀ ਬੁਰਜ ਕਲਾਲਾ ਸਰਪੰਚ ਸਾਹਿਬ, ਨਾਲ ਜਗਰਾਜ ਸਿੰਘ ਜੀ ਰਾਜਾ ਜੱਟਪੁਰਾ, ਗੁਰਬਾਜ ਸਿੰਘ ਜੀ ਤੁਗੜ, ਜਸਵੀਰ ਸਿੰਘ ਜੀ ਧਾਲੀਵਾਲ, ਅਮਰਜੀਤ ਸਿੰਘ ਜੀ ਜੀਤਾ ਨਿਊਜ਼ੀਲੈਂਡ, ਰਾਜ ਸਿੰਘ ਜੀ, ਬਲਜੀਤ ਸਿੰਘ ਜੀ, ਹੈਲੋ, ਚਮਕੌਰ ਸਿੰਘ ਜੀ ਕੋਨਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਜੀ ਮਾਣੂਕੇ। ਇਸ ਵੇਲੇ ਪਹਿਲਾ ਸੈਮੀ ਫਾਈਨਲ ਕਬੱਡੀ 70 ਕਿਲੋ ਭਾਰ ਦਾ ਮੇਰੇ ਵੀਰੋ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਜਿਹੜੀ ਟੀਮ ਲੱਖਾ ਪਿੰਡ ਦੀ ਮੇਜ਼ਬਾਨ ਟੀਮ ਖੇਡਣ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਵਿਰੋਧੀ ਟੀਮ ਹੋਵੇਗੀ ਪਿੱਥੋ ਪਿੰਡ ਦੀ ਟੀਮ ਹੈ। ਉਧਰ ਬਾਈ ਜੱਗੇ ਲੰਬੜਦਾਰ ਦਾ, ਸੋਨੀ ਦਾ, ਮਹਿੰਦੀ ਦਾ, ਗੁਰਦੀਪ ਹੋਣੀ, ਹਾਂਸੇ ਹੋਣੀ, ਗੁਰਪ੍ਰੀਤ ਕਾਕੇ ਹੋਰਾਂ ਦਾ, ਚਰਨੇ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਕਬੱਡੀ ਦੀ ਪੂਰੀ ਜਿਹੜੀ ਟੀਮ ਹੈ ਸਾਡੀ ਇਹਨਾਂ ਮੈਚਾਂ ਨੂੰ ਕਵਰ ਕਰ ਰਹੀ ਹੈ। ਪਿੱਥੋ ਵਾਲੇ ਖਿਡਾਰੀ ਧਿਆਨ ਦੇਣੇ, ਟੀਮ ਕੱਟਣ ਲੱਗੇ ਹਾਂ ਅਸੀਂ। ਜਿਹੜੇ ਖਿਡਾਰੀ ਵਾਲੇ ਨਹੀਂ ਆਏ, ਸਾਡੀ ਪਹਿਲਾਂ ਵੀ ਇਹੀ ਵਾਰ ਵਾਰ ਬੇਨਤੀ ਸੀ ਵੀਰੇ, ਪਹਿਲਾਂ ਹੀ ਗਰਾਊਂਡ ਦੇ ਵਿੱਚ ਆ ਜਾ ਕਰੋ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮਾਂ ਜਿਹੜਾ ਗਰਾਊਂਡ ਤੋਂ ਬਾਹਰ ਹੀ ਖਰਾਬ ਕਰੀ ਜਾ ਰਹੇ ਹੋ। ਉਧਰ ਕਬੱਡੀ ਓਪਨ ਦਾ ਪਹਿਲਾ ਮੈਚ ਟਿੱਕਾ ਸਾਹਿਬ ਮੋਨਕ ਵਰਸੇ ਭਾਈ ਰੂਪੇ ਦੀਆਂ ਟੀਮਾਂ ਦਾ, ਇਹ ਟੀਮਾਂ ਇਸ ਮੈਚ ਦੇ ਚੱਲਦੇ ਚੱਲਦੇ ਗਰਾਊਂਡ ਦੇ ਵਿੱਚ ਆ ਜਾਣ ਦੂਜੇ ਰਾਊਂਡ ਦੇ ਪਹਿਲੇ ਮੈਚ ਵਾਲੀਆਂ ਦੋਨੋਂ ਟੀਮਾਂ। ਹਾਂਜੀ, ਮੈਚ ਜਿਹੜਾ ਬਿੱਟੂ ਜੀ ਜਲਦੀ ਸ਼ੁਰੂ ਕਰਵਾ ਦਿਓ, ਆਪਣੇ ਕੋਲ ਮੈਚ ਬਹੁਤ ਜ਼ਿਆਦਾ ਨੇ। ਟੀਮਾਂ ਪ੍ਰਤੀ ਬੇਨਤੀ ਹੈ ਕਿ ਜਲਦੀ ਨਾਲ ਆ ਜਾਣ, ਮੈਚ ਬਹੁਤ ਜ਼ਿਆਦਾ, ਟੀਮ ਜਿਹੜੀ ਜਲਦੀ ਨਾਲ ਖੇਡ ਮੈਦਾਨ 'ਚ ਆਵੇ। ਅਗਲਾ ਮੈਚ ਦੂਸਰਾ ਸੈਮੀਫਾਈਨਲ ਜਿਹੜਾ ਖੇਡਿਆ ਜਾਵੇਗਾ 46 ਵਰਸਿਸ 57 ਦੀਆਂ ਟੀਮਾਂ ਦਾ, ਉਹ ਖਿਡਾਰੀ ਬਿਨਾਂ ਕਿਸੇ ਦੇਰੀ ਤੋਂ ਜਲਦੀ ਨਾਲ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਪੁੱਜਣ। ਸਾਡੀ ਇਹਨਾਂ ਟੀਮਾਂ ਦੇ ਖਿਡਾਰੀਆਂ ਪ੍ਰਤੀ ਬੇਨਤੀ ਹੈ। ਕਬੱਡੀ ਓਪਨ ਦਾ ਦੂਜੇ ਰਾਊਂਡ ਦਾ ਪਹਿਲਾ ਮੈਚ ਭਾਈ ਰੂਪਾ ਵਰਸ ਟਿੱਕਾ ਸਾਹਿਬ ਮੋਨਕ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ। ਇਹ ਟੀਮਾਂ ਦੇ ਖਿਡਾਰੀ ਵੀ ਤਿਆਰ ਹੋ ਕੇ ਖੇਡ ਕਬੱਡੀ ਦੇ ਗਰਾਊਂਡ ਲਾ ਕੇ ਪੁੱਜਣਗੇ। ਰਾਜਾ ਸਿੰਘ ਮੋਨਕ ਵਰਸ ਭਾਈ ਰੂਪਾ, ਰਾਜਕੋਟ ਵਰਸ ਧਰਮਕੋਟ, ਜੋਧਪੁਰ ਚੀਮਾ ਵਰਸ ਲੱਖਾ, ਦਿੜਬਾ ਮੰਡੀ ਵਰਸ ਤਾਰੀ ਕਲੱਬ ਬੀਲਾ, ਇਹਨਾਂ ਜਿਹੜੀਆਂ ਟੀਮਾਂ ਦੇ ਅਗਲੇ ਮੈਚ ਖੇਡੇ ਜਾਣਗੇ। ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜੀ ਟੀਮ ਇਸ ਮੁਕਾਬਲੇ ਦੇ ਵਿੱਚ ਲੱਖਾ ਪਿੰਡ ਦੀ ਟੀਮ ਮੇਰੇ ਵੀਰਿਓ, ਉਹ ਆਪਣੇ ਮੰਡੀ ਵਾਲੇ ਪਾਸੇ ਖੇਡਣ ਜਾ ਰਹੀ ਹੈ ਤੇ ਦੂਸਰੇ ਪਾਸੇ ਪਿੱਥੋ ਦੀ ਟੀਮ ਹੈ, ਸਟੇਜ ਵਾਲੀ ਸਾਈਡ ਜਿਹੜੀ ਟੀਮ ਪਿੱਥੋ ਦੀ ਖੇਡੇਗੀ। ਉਧਰ ਬਹੁਤ ਧੰਨਵਾਦ ਹੈ ਜਸ, ਸਾਡਾ ਵੀਰ ਬੰਸਰ ਗਰੁੱਪ ਖੰਨੇ ਵਾਲੇ ਜਸੁਣੀ ਅੱਜ ਦੇ ਇਸ ਟੂਰਨਾਮੈਂਟ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਜਸ ਬਾਈ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਬਿੱਟੂ ਜੀ, ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੀ ਰਾਜਾ ਸਿੰਘ ਤੇ ਬਲਜੀਤ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਲੱਖੇ ਦੀ ਟੀਮ ਜਿੰਨੇ ਵੀ ਸਟਾਪ ਕਰੇਗੀ ਉਹਨੇ 100-100 ਰੁਪਈਏ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਵੇਗਾ, ਨਾਲ ਸੀਧਾ ਲੱਖੇ ਵਾਲਾ ਜਿੰਨੇ ਲੱਫੇ ਲਾਵੇਗਾ ਸਾਡੇ ਵੀ ਰਾਜ ਢਿੱਲੋਂ ਕੈਨੇਡਾ ਵਾਲਿਆਂ ਵੱਲੋਂ ਉਹਨੇ ਜਿਹੜੇ ਮਾਇਆ ਦੇ ਗੱਪੇ ਇਹਨਾਂ ਜਾਫੀਆਂ ਦੇ ਲਈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤੇ ਜਾਣਗੇ। 70 ਕਿਲੋ ਦਾ ਜਿਹੜਾ ਦੂਜਾ ਸੈਮੀ ਫਾਈਨਲ ਹੈ ਉਹ 46 ਤੇ 57 ਦਾ, ਹਾਲੇ ਤੱਕ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਨਹੀਂ ਪਹੁੰਚੀਆਂ। ਸਾਡੀ ਬੇਨਤੀ ਹੈ 46 ਤੇ 57 ਦੀਆਂ ਟੀਮਾਂ, 46 ਦੀ ਟੀਮ ਗਰਾਊਂਡ ਦੇ ਨੇੜੇ ਹੈ, 57 ਦੇ ਖਿਡਾਰੀ ਵੀ ਪੁੱਜਣ। ਉਸ ਤੋਂ ਬਾਅਦ ਕਬੱਡੀ ਓਪਨ ਦਾ ਪਹਿਲਾ ਮੈਚ ਅਗਲੇ ਰਾਊਂਡ ਦਾ ਮੂਰਖ ਤੇ ਭਾਈ ਰੂਪੇ ਦੀਆਂ ਟੀਮਾਂ ਦਾ, ਲਓ ਮੈਚ ਸ਼ੁਰੂ ਹੈ। ਪਹਿਲੀ ਕਬੱਡੀ ਇਸ ਮੁਕਾਬਲੇ ਦੀ ਲੱਖੇ ਦੀ ਟੀਮ ਦੀ ਤਰਫ ਤੋਂ ਬਿੱਲਾ ਢੱਡਿਆਂ ਵਾਲਾ ਨੌਜਵਾਨ ਖਿਡਾਰੀ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਬੋਲਿਆ ਧਾਵਾ, ਤੇ ਦੂਜੇ ਪਾਸੇ ਪਿੱਥੋ ਵਾਲਾ, ਪਿੱਥੋ ਪਿੰਡ ਕਬੱਡੀ ਦੇ ਮੇਰੇ ਵੀਰੋ ਸ਼ਾਹਜੋਰ ਜਾਫੀ ਦਾ ਪਿੰਡ ਹੈ ਪਿੱਥੋ ਵਾਲੇ ਸ਼ੀਰੇ ਦਾ, ਕਹਿੰਦੇ ਕਬੱਡੀ ਦੀ ਦੁਨੀਆ ਦੇ ਵਿੱਚ ਨਾਮ ਚੱਲਣ ਵਾਲੀ ਗੱਲ ਹੈ। ਪਰ ਦੂਸਰੇ ਪਾਸੇ ਬਿੱਲਾ ਨੌਜਵਾਨ ਆਪਣੀ ਟੀਮ ਲਈ ਵਧੀਆ ਕੋਸ਼ਿਸ਼ ਕਰਦਾ ਹੋਇਆ, ਬਾਈ ਮਨਜੀਤ ਸਿੰਘ ਜੀ ਬਿੱਟੂ ਸਵਰਗਵਾਸੀ, ਮੇਜਰ ਸਿੰਘ ਜੀ ਗਵਾਲੀਅਰ ਤੇ ਨਾਲ ਸਵਰਗਵਾਸੀ ਬੱਬੂ ਗਵਾਲੀਅਰ ਦੇ ਪਰਿਵਾਰ ਵੱਲੋਂ ਬਾਈ ਬਿੱਟੂ ਹੋਰੀ ਐਲਾਨ ਕਰਦੇ ਨੇ ਇਸ ਮੈਚ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤੂਗੀ 500 ਰੁਪਇਆ ਮਾਨ ਸਨਮਾਨ ਦਿੱਤਾ ਜਾਵੇਗਾ, ਤੁਸੀਂ ਆਪਣੇ ਕੋਲ ਰੱਖੋ ਜੀ, ਬਾਅਦ ਦੇ ਵਿੱਚ ਰਿਜ਼ਲਟ ਦੇ ਨਾਲ ਹੀ ਤੁਸੀਂ ਮਾਨ ਸਨਮਾਨ ਦੇ ਦਿਓ। ਬਹੁਤ ਧੰਨਵਾਦ ਬਿੱਟੂ ਗਵਾਲੀਅਰ ਵਾਲਾ ਸਾਡਾ ਵੀਰ, ਹਰ ਸਾਲ ਮੇਰੇ ਵੀਰ ਕਬੱਡੀ ਦੇ ਲਈ 11 ਲੱਖ ਰੁਪਇਆ ਖਰਚ ਕਰਦਾ ਹੈ। ਬਿੱਟੂ ਵੀਰ ਹੋਰਾਂ ਦਾ, ਗਵਾਲੀਅਰ ਵਾਲੇ ਪਰਿਵਾਰ ਦਾ ਬਹੁਤ ਵੱਡਾ ਧੰਨਵਾਦ ਹੈ। ਉੱਥੇ ਬੇਅੰਤ ਲੱਖੇ ਵਾਲਾ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਪਿੱਥੋ ਵਾਲਾ ਜਾਫੀ, ਲਓ ਵੱਜੀ ਕੈਂਚੀ ਫੜਿਆ ਲੱਕ, ਇਸ ਵੇਲੇ ਦਿਲਵਰ ਝਨੇਰ ਵਾਲਾ ਫੈਸਲਾ ਦੇ ਰਿਹਾ ਕਿ ਪੁਆਇੰਟ ਸਟਾਪਰ ਦਾ। ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੀ ਰਾਜਾ ਸਿੰਘ ਤੇ ਬਲਜੀਤ ਸਿੰਘ ਵੱਲੋਂ, ਲੱਖੇ ਦੇ ਖਿਡਾਰੀ ਜਿੰਨੇ ਵੀ ਨੰਬਰ ਲੈਣਗੇ ਉਹਨੇ ਹੀ 100-100 ਰੁਪਏ ਦੇ ਸਨਮਾਨ ਨੇ, ਨਾਲ ਸਾਡੇ ਵੀਰ ਬਲਜੀਤ ਸਿੰਘ ਜੀ ਉਹਨਾਂ ਵੱਲੋਂ ਸੀਰਾ ਜਿੰਨੇ ਵੀ ਜਿੱਥੇ ਲਾਵੇਗਾ ਉਹਨੇ 100-100 ਰੁਪਏ ਦੇ ਸਨਮਾਨ ਦਿੱਤੇ ਜਾਣਗੇ ਜੀ। ਇਸ ਵੇਲੇ ਭੋਲੇ ਦੀ ਕਬੱਡੀ ਤੇ ਨੌਜਵਾਨ ਗੱਭਰੂ ਲਾ ਤਕੜਾ ਜੱਫਾ ਕਾਕਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ। 46 ਤੇ 57 ਦਾ ਅਗਲਾ ਮੈਚ ਹੈ, ਦੋਨੋਂ ਟੀਮਾਂ ਤਿਆਰ ਰਹਿਣ।
उधर बहुत सत्कारयोग विधायक एस आर कलेर साहब स्टेज से अपने सत्कारयोग साथियों के नाल बैठे ने। लाबी ढड्डियां वाले पा नौजवाना कबड्डी, इधर सच्चे पातशाह वाहिगुरु परमात्मा अगे कर अरदास नौजवान धावी का बोलिया हुआ धावा मेरे वीरियो कि धाविया के धावे करी जाते हैं कमाल खुशी लोग भी मनाते जिमें पैंदी है धमाल कहते एक बार जोड़ा फड़े यारू मुड़ नहीं छड़ता कौडी खेड है पंजाबियों की मां ताई तो वेखो जोर लगता है इधर लग्या होया जोर दोनों टीमों के खिलाड़ियों का ला भी करोड़ वाले नौजवाना दोनों टीमों का मैच पूरा फसया होया जिमें कहते होंगे कांटेदार टक्कर है एन पूरा फसमा मुकाबला ते करगल नौजवाना इस पिथो वाले धावी की पैंदी हुई कबड्डी की। हाँ जी असं एक बेनती बार बार करते हैं जोड़े साडे पिंड वाले वीर बैठे एन आर आईया तो बगैर वो कृपा करके जड़िया कुर्सियां प्लीज वेलियां कर दो ताकि इतने असी साड़िया आई हुई सत्कारयोग शख्सियत बहा सकी। उधर मेहर सिंह जी न्यूजीलैंड उन्होंने वालों 500 रुपया जितने वाली टीम लई रणविंदर पप्पू रामू वाला यह भी साडे दरम्यान उचेचे तौर पर पहुंचे ने बई कंते होना के सद्दे ते बई सुरजीत होना के सद्दे पत्र से असी सरपंच सरदार गुरचरण सिंह इन्हों की मासी के लड़के ने सरदार रविंदर सिंह जी पप्पू रामू वाला प्रधान ट्रक यूनियन मोगा इन्होंने वीर का इस खेड मेले से पहुंचे से बहुत बहुत धन्यवाद जी। बहुत बहुत धन्यवाद वाला इधरले पासे खेड मैदान मेरे वीर बिल्ले लखे वाले की पई हुई कबड्डी है कि जिनी बाजी मारनी सी मार गया है कि दर्शन लखे वाला हार गया है। लो इधरले पासे लखे वाला बिल्ला मेरे पंजाबी वीरू अपनी टीम के लिए एक अंक का वादा करता हुए बेनती भाई रूपा से मोनक के खिलाड़ियों है वो कबड्डी ओपन का अगले राउंड का पहला मैच है दोनों टीम पुजन से इधर शीरे तो पॉइंट लैके नौजवान पिथो पिंड का खिलाड़ी पॉइंट लैके जाता होया अगली कबड्डी नौजवान बेअंत सिंह लखे पिंड का गभरू पाँदा होया ला भी करोड़ वाले कहते लखे का टूरनामेंट है जरा यह बाजा वाली सरकार की याद में समर्पित करवाया जा रहा है। मेरी वीरियो बड़े माण वाली गल है कि ना कोई उन्हें वर्गा होया ना कोई उन्हें वर्गा होना है युगा युगा तक यादा रहनगियां उस दरवेश दियां कौन करूगा रीसा कलगीधर दशमेश दियां इधर पई हुई कबड्डी बेअंत दी पिथों वाला नौजवान जफाला पाऊ या नहीं मेरे वीरियो इस वेले पॉइंट धावी दे हिस्से है लखे दे बेअंत ने अपनी टीम दे हिस्से जोड़ दिता है हल्का शरीर है गोरा निशोर रंग है नौजवान चार कदम अगे वल वध के बाहां खिलारदा होया इस वेले नौजवान पिथों पिंड का खिलाड़ी ते संदीप करोड़ वाला बात पाउंदा होया इस खिलाड़ी दी बहुत सुने बहुत ही शानदार मेरे वीरियो मैच जिहड़ा खेडिया जा रहे है कि पट्टा विच जान होवे डौलियां ते माण होवे फिर ही बगाने पुत्तां उत्ते रेड पैंदी है कि इज्जत दा सांझा होवे नशियां तो बांझा होवे रब दी निगाह भी सीधी उहदे उत्ते पैंदी है कि पलवाना वाली तोर होवे छाती विच जोर होवे चढ़दी जवानी फिर हट पिछे कहिंदी है कि गरीबी जदों दूर होवे ना मशहूर होवे कि पधाउण वालियां नाल जग विच घाट कोई रहिंदी है कि गरीबी जदों दूर होवे ना मशहूर होवे पधाउण वालियां नाल जग विच घाट कोई रहिंदी है। एक एक कबड्डी मेरे वीरियो लख लख दी पै रही है लखे दी टीम इस मैच दी जेतू टीम है लखे दी टीम 70 किलो भार दे फाइनल दे विच पहुंच चुकी है पिथों दे इस मुकाबले दे विचों लखे दी टीम जिहड़ी जेतू है दोनों टीमों का मुकाबला तुसीं वेख रहे सी। हां जी लखे दी टीम